ਪੰਜਾਬ ਦੀਆਂ 13,276 ਤੋਂ ਵੱਧ ਪੰਚਾਇਤਾਂ ਲਈ ਵੋਟਿੰਗ ਦੀ ਜੋ ਪ੍ਰਕਿਰਿਆ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਸਵੇਰੇ 8 ਵਜੇ ਤੋਂ ਹੀ ਵੋਟਾਂ ਪਾਉਣ ਵਾਸਤੇ ਆ ਚੁੱਕੇ ਨੇ। ਪੰਜਾਬ ਦੇ ਵਿੱਚ 13,276 ਜੋ ਪੰਚਾਇਤਾਂ ਨੇ ਉਹਦੇ ਵਾਸਤੇ ਅੱਜ 1,27,00,000 ਵੋਟਰ ਜੋ ਹੈਗੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਆਪਣੇ ਪਿੰਡ ਦੀ ਪੰਚਾਇਤਾਂ ਨੂੰ ਚੁਣਨਗੇ। ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਅਸੀਂ ਇਸ ਸਮੇਂ ਲੁਧਿਆਣਾ ਦੇ ਹਲਕਾ ਗਿੱਲ ਦੇ ਇੱਕ ਪੋਲਿੰਗ ਬੂਥ 'ਤੇ ਖੜੇ ਹਾਂ ਜਿੱਥੇ ਸਵੇਰੇ 8 ਵਜੇ ਜਿਹੜੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਹੈ। ਉਸ ਤੋਂ ਕੁਝ ਮਿੰਟ ਬਾਅਦ ਹੀ ਵੱਡੀਆਂ ਲਾਈਨਾਂ ਪੋਲਿੰਗ ਬੂਥਾਂ 'ਤੇ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਅਤੇ ਲੋਕ ਸਵੇਰੇ ਹੀ ਆਪਣੇ ਜੋ ਜਮਹੂਰੀ ਹੱਕ ਦਾ ਇਸਤੇਮਾਲ ਕਰ ਆਪਣੇ ਪਿੰਡ ਦੀ ਪੰਚਾਇਤ ਚੁਣਨ ਵਾਸਤੇ ਆਪਣੀ ਵੋਟ ਨੂੰ ਕਾਸਟ ਕਰਨ ਵਾਸਤੇ ਪਹੁੰਚ ਚੁੱਕੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਹੈਗੇ ਆ ਹਾਲੇ 8 ਵੱਜ ਕੇ ਕੁਝ ਮਿੰਟ ਹੋਏ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਲੋਕ ਪੋਲਿੰਗ ਬੂਥਾਂ 'ਤੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ, ਕਿਉਂਕਿ ਪਿੰਡ ਦੀਆਂ ਪੰਚਾਇਤਾਂ ਜਿਹੜੀਆਂ ਹੈਗੀਆਂ ਉਹਨੂੰ ਉਸ ਦੀ ਚੋਣ ਹੋਣੀ ਹੈ, ਪਿੰਡ ਦੇ ਪੰਚ ਦੀ ਚੋਣ ਹੋਣੀ ਹੈ ਅਤੇ ਸਰਪੰਚ ਦੀ ਚੋਣ ਹੋਣੀ ਹੈ, ਜਿਸ ਦੇ ਵਾਸਤੇ ਅੱਜ ਲੋਕ ਵੱਡੀ ਗਿਣਤੀ ਦੇ ਵਿੱਚ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਾਂਗੇ। ਜ਼ਿਲ੍ਹਾ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ 941 ਤੋਂ ਵੱਧ ਜਿਹੜੀਆਂ ਪੰਚਾਇਤਾਂ ਵਾਸਤੇ ਅੱਜ ਵੋਟਾਂ ਪੈਣੀਆਂ, ਜਿਹਦੇ ਵਿੱਚ 192 ਪੰਚਾਇਤਾਂ ਜਿਹੜੀਆਂ ਹੈਗੀਆਂ ਸਰਬ ਸੰਮਤੀ ਨਾਲ ਪਹਿਲਾਂ ਹੀ ਚੁਣੀਆਂ ਜਾ ਚੁੱਕੀਆਂ ਵਾ ਅਤੇ 200 ਤੋਂ ਵੱਧ ਜਿਹੜੇ ਸਰਪੰਚ ਆ ਉਹ ਸਰਬ ਸੰਮਤੀ ਨਾਲ ਚੁਣੇ ਜਾ ਚੁੱਕੇ। ਬਾਕੀ ਜਿਹੜੇ ਪੰਚਾਇਤਾਂ ਰਹਿ ਗਈਆਂ ਉਸ ਦੇ ਵਾਸਤੇ ਅੱਜ ਵੋਟਿੰਗ ਦੀ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਚਾਹੇ ਮਹਿਲਾਵਾਂ ਹੋਣ ਚਾਹੇ ਪੁਰਸ਼ ਹੋਣ ਜੈਂਟਸ ਹੋਣ, ਉਹ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਵਾਸਤੇ ਪੋਲਿੰਗ ਬੂਥਾਂ 'ਤੇ ਪਹੁੰਚ ਰਹੇ ਨੇ ਅਤੇ ਆਪਣੇ ਜੋ ਮਨਪਸੰਦ ਦੇ ਕੈਂਡੀਡੇਟ ਨੇ ਉਹਨਾਂ ਨੂੰ ਦੇ ਹੱਕ ਦੇ ਵਿੱਚ ਅੱਜ ਵੋਟ ਪੋਲ ਕਰੋਗੇ। ਅਤੇ ਅਸੀਂ ਵੋਟਰਾਂ ਨਾਲ ਗੱਲ ਕਰਦੇ ਹਾਂ ਕਿ ਕੀ ਕਹਿਣਾ ਚਾਹੋਗੇ ਜੀ, ਅੱਜ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਈ ਹੈ, ਪਹਿਲੇ ਟਾਈਮ ਹੀ ਤੁਸੀਂ ਵੋਟ ਪਾਉਣ ਆਏ ਹੋ, ਕੀ ਕਹਿਣਾ ਚਾਹੋਗੇ? ਸਰਦ ਮੌਸਮ ਦੇ ਵਿੱਚ ਪਹਿਲੇ ਟਾਈਮ ਹੀ ਵੋਟ ਪਾਉਣ ਆ ਰਹੇ ਹੋ? ਵੋਟ ਅਸੀਂ ਆਪਣੇ ਪੰਚਾਇਤ ਦੇ ਕੰਮ ਪਿੰਡ ਦੇ ਸੁਧਾਰ ਵਾਸਤੇ ਵੋਟ ਪਾਉਣ ਆਏ ਹਾਂ, ਅਸੀਂ ਸਾਡੇ ਪਿੰਡ ਦੇ ਕੰਮ ਨਹੀਂ ਹੋ ਰਹੇ ਇਸ ਲਈ ਇਸਨੂੰ ਆਪਣੀ ਪੰਚਾਇਤ ਨੂੰ ਜਿਤਾਉਣਾ ਵਾ। ਤੁਹਾਨੂੰ ਲੱਗਦਾ ਕਿ ਜੋ ਜਿਸ ਮਕਸਦ ਨੂੰ ਲੈ ਕੇ ਜਿਹੜੇ ਮੁੱਦਿਆਂ ਨੂੰ ਲੈ ਕੇ ਪੰਚਾਇਤਾਂ ਚੁਣੀਆਂ ਜਾਂਦੀਆਂ, ਪੰਚਾਇਤਾਂ ਉਹ ਮਕਸਦ 'ਤੇ ਪੂਰੇ ਉਤਰ ਰਹੀਆਂ ਵਾ? ਪਿਛਲੀ ਪੰਚਾਇਤਾਂ ਨਹੀਂ ਉਤਰੀ, ਇਸ ਵਾਰੀ ਪੰਚਾਇਤ ਉਤਰ ਗਈ ਜਿਹੜੀ ਸਾਡੀ ਬਣੇਗੀ। ਤਾਂ ਸਵੇਰੇ ਸਵੇਰੇ ਹਾਲੇ ਪਹਿਲੇ ਟਾਈਮ ਹੀ ਤੁਸੀਂ ਵੋਟ ਪਾਉਣ ਆਏ ਹੋ, ਇਸ ਦਾ ਕੋਈ ਖਾਸ ਕਾਰਨ? ਸਾਡੇ ਪਿੰਡ ਦੇ ਸੁਧਾਰ ਲਈ ਅਸੀਂ ਆਪਣੀ ਪੰਚਾਇਤ ਚੁਣਨਾ ਜ਼ਰੂਰੀ ਆ, ਕੰਮ ਕਰਾਉਣੀ। ਕੁਝ ਹੋਰ ਵੋਟਰ ਵੀ ਮੌਜੂਦ ਨੇ, ਕੀ ਕਹਿਣਾ ਚਾਹੋਗੇ ਜੀ? ਪਹਿਲੇ ਟਾਈਮ ਵੋਟ ਪਾਉਣ ਆਏ ਹੋ, ਕਿਸ ਤਰ੍ਹਾਂ ਦਾ ਲੱਗ ਰਿਹਾ, ਕਿਸ ਮੁੱਦਿਆਂ ਨੂੰ ਲੈ ਕੇ ਤੁਸੀਂ ਵੋਟ ਪੋਲ ਕਰੋਗੇ? ਅਸੀਂ ਪਹਿਲੇ ਟਾਈਮ 'ਤੇ ਵੋਟ ਪਾਉਣ ਆਇਆ, ਇਹੀ ਸੋਚ ਕੇ ਵੋਟ ਪਾਉਣ ਆਇਆ ਕਿ ਸਾਡੇ ਨਗਰ ਦਾ ਵੱਧ ਤੋਂ ਵੱਧ ਵਿਕਾਸ ਹੋਵੇ, ਚੰਗੇ ਸਰਪੰਚ ਅਤੇ ਪੰਚ ਅੱਗੇ ਆਉਣ, ਤਾਂ ਕਰਕੇ ਅੱਜ ਅਸੀਂ ਪਹਿਲੇ ਟਾਈਮ 'ਤੇ ਇਹੀ ਵੋਟ ਪਾਉਣ ਆਏ ਹਾਂ ਜੀ। ਬਿਲਕੁਲ, ਲੋਕ ਪੰਚਾਇਤਾਂ ਦੇ ਰਾਹੀਂ ਪਿੰਡਾਂ ਦਾ ਵਿਕਾਸ ਕਰਵਾਉਣ ਦੇ ਮੁੱਦੇ ਦੇ ਉੱਤੇ ਵੋਟ ਪਾਉਣ ਆਏ ਨੇ ਅਤੇ ਪਹਿਲੇ ਟਾਈਮ ਵੋਟ ਪਾਉਣ ਦਾ ਉਹਨਾਂ ਦਾ ਹੈਗਾ ਕਿ ਬਾਅਦ 'ਚੋਂ ਕਈ ਵਾਰ ਰਸ਼ ਜ਼ਿਆਦਾ ਲੱਗ ਜਾਂਦਾ ਅਤੇ ਇਸ ਕਰਕੇ ਅਗਲਾ ਪਹਿਲੇ ਟਾਈਮ ਹੀ ਵੋਟ ਪਾਉਣਾ ਮੁਨਾਸਿਬ ਸਮਝਦਾ। ਸਾਡੇ ਨਾਲ ਕੁਝ ਹੋਰ ਵੋਟਰ ਵੀ ਮੌਜੂਦ ਨੇ, ਕੀ ਕਹਿਣਾ ਚਾਹੋਗੇ ਬਜ਼ੁਰਗ ਜੀ? ਸਵੇਰੇ ਹਾਲੇ ਵੋਟ ਦੀ ਪ੍ਰਕਿਰਿਆ ਸਟਾਰਟ ਹੋਈ ਹੈ, ਤੁਸੀਂ ਪਹਿਲੇ ਟਾਈਮ ਹੀ ਵੋਟ ਪਾਉਣ ਆਏ ਹੋ, ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਅੱਜ ਆਪਣੀ ਵੋਟ ਪਾਓਗੇ? 10 ਸਾਲ ਹੋ ਗਏ ਸਾਡੇ ਮਹੱਲੇ ਦਾ ਵਿਕਾਸ ਨਹੀਂ ਹੋਇਆ, ਇਸ ਵਾਸਤੇ ਅਸੀਂ ਆਪਣੀ ਪੰਚਾਇਤ ਬਦਲਣੀ ਚਾਹੁੰਦੇ ਹਾਂ। ਸਾਡੇ ਮਹੱਲੇ ਦਾ ਸਭ ਤੋਂ ਬੁਰਾ ਹਾਲ ਸਾਡੇ ਮਹੱਲੇ ਦਾ, ਨਾ ਮਾੜੀ ਬਾਰਿਸ਼ ਪੈਂਦੀ ਹੈ, ਨਾ ਅਸੀਂ ਕਿਸੇ ਪਾਸੇ ਲੰਘਣ ਯੋਗ ਹਾਂ, ਸਾਰੀ ਅੰਗਲੀਆਂ 'ਚ ਪਾਣੀ ਭਰ ਜਾਂਦਾ, ਨਾ ਕੋਈ ਸੀਵਰੇਜ ਦਾ ਪ੍ਰਬੰਧ ਹੈ। ਇਸ ਕਰਕੇ ਅਸੀਂ ਆਪਣੀ ਪੰਚਾਇਤ ਬਦਲਣੀ ਚਾਹੁੰਦੇ ਹਾਂ, ਅਸੀਂ ਆਪਣੀ ਵੋਟ ਪਾ ਕੇ ਅਸੀਂ ਆਪਣੇ ਫਰਜ਼ ਤੋਂ ਰੁਖਸਤ ਹੋਣਾ ਚਾਹੁੰਦੇ ਹਾਂ ਜੀ। ਬਿਲਕੁਲ, ਇਹ ਕੈਂਡੀ ਵੋਟਰ ਨੇ ਜੋ ਪੰਜਾਬ ਦੇ ਵੋਟਰ ਨੇ ਜੋ ਪੰਚਾਇਤਾਂ ਦੇ ਹੱਕ ਪੰਚਾਇਤਾਂ ਨੂੰ ਬਦਲਣ ਵਾਸਤੇ ਆਪਣੀ ਵੋਟ ਪਾਉਣ ਆਏ ਨੇ, ਉਹਨਾਂ ਦਾ ਕਹਿਣਾ ਕਿ ਜੋ ਪੰਚਾਇਤਾਂ ਰਾਹੀਂ ਮੂਲ ਵਿਕਾਸ ਪਿੰਡਾਂ ਦੇ ਵਿੱਚ ਹੋਣਾ ਚਾਹੀਦਾ ਸੀਗਾ, ਉਹ ਵਿਕਾਸ ਦੀ ਹਾਲੇ ਕਮੀ ਦੇਖਣ ਨੂੰ ਮਿਲ ਰਹੀ ਆ, ਅਤੇ ਇਸ ਕਰਕੇ ਉਹ ਪੰਚਾਇਤੀ ਜੋ ਲੋਕਾਂ ਨੂੰ ਜਮਹੂਰੀ ਹੱਕ ਮਿਲਿਆ ਪੰਚਾਇਤਾਂ ਰਾਹੀਂ, ਉਸ ਨੂੰ ਆਪਣੀ ਵੋਟ ਪਾ ਕੇ ਪੰਚਾਇਤ ਨੂੰ ਚੁਣਨਾ ਚਾਹੁੰਦੇ ਨੇ। ਪਰ ਤਸਵੀਰਾਂ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਵੱਡੀ ਗਿਣਤੀ ਵਿੱਚ ਸਿਕਿਉਰਿਟੀ ਜਿਹਦੇ ਵੀ ਪੁਖਤਾ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ, ਅਤੇ ਜੋ ਪ੍ਰਸ਼ਾਸਨ ਵੱਲੋਂ ਜਿਸ ਤਰ੍ਹਾਂ ਦੇ ਚੋਣ ਅਮਲੇ ਨੂੰ ਸਵੇਰ ਤੋਂ ਕੱਲ੍ਹ ਤੋਂ ਰਵਾਨਾ ਕਰ ਦਿੱਤਾ ਹੈ, ਇਹ ਵੋਟਿੰਗ ਪ੍ਰਕਿਰਿਆ ਚੱਲ ਰਹੀ ਆ ਅਤੇ ਲੋਕ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਸਵੇਰੇ ਪਹਿਲੇ ਟਾਈਮ ਤੋਂ ਹੀ, ਚਾਹੇ ਮਹਿਲਾਵਾਂ ਹੋਣ ਚਾਹੇ ਪੁਰਸ਼ ਹੋਣ, ਦੋਨੋਂ ਬਰਾਬਰ ਦੀ ਗਿਣਤੀ ਦੇ ਵਿੱਚ ਵੋਟਿੰਗ ਵਾਲੇ ਬੂਥਾਂ 'ਤੇ ਪਹੁੰਚ ਕੇ ਆਪਣੇ ਵੋਟ ਦਾ ਇਸਤੇਮਾਲ ਕਰ ਆਪਣੇ ਮਨਪਸੰਦ ਦੇ ਕੈਂਡੀਡੇਟ ਅਤੇ ਮਨਪਸੰਦ ਦੀ ਪੰਚਾਇਤ ਨੂੰ ਚੁਣਨ ਵਾਸਤੇ ਵੋਟ ਪੋਲ ਕਰ ਰਹੇ ਨੇ। ਵਿਕਾਸ ਦਾ ਮੁੱਦਾ ਹੀ ਮੇਨ ਹੈ, ਕਿਉਂਕਿ ਵਿਕਾਸ ਦੇ ਮੁੱਦੇ 'ਤੇ ਹੀ ਚੋਣਾਂ ਕੈਂਡੀਡੇਟ ਵੀ ਲੜਦੇ ਨੇ ਅਤੇ ਵਿਕਾਸ ਦੀ ਕਮੀ ਦੇ ਚੱਲਦੇ ਹੀ ਲੋਕ ਜੋ ਆਪਣੇ ਮਨਪਸੰਦ ਦੀ ਪੰਚਾਇਤ ਨੂੰ ਚੁਣਨ ਦੀ ਅੱਜ ਕੋਸ਼ਿਸ਼ ਕਰਨਗੇ। ਅਤੇ ਸਵੇਰੇ 8 ਵਜੇ ਤੋਂ ਜੋ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਈ ਹੈ ਉਹ ਸ਼ਾਮ ਨੂੰ 4 ਵਜੇ ਤੱਕ ਚੱਲੂਗੀ, ਉਸ ਤੋਂ ਬਾਅਦ 5 ਵਜੇ ਤੋਂ ਬਾਅਦ ਨਤੀਜੇ ਜਿਹੜੇ ਗਿਣਤੀ ਮਤਗਣਨਾ ਸ਼ੁਰੂ ਹੋ ਜਾਏਗੀ ਅਤੇ ਦੇਰ ਸ਼ਾਮ ਤੱਕ ਨਤੀਜਿਆਂ ਦੀ ਜਿਹੜੀ ਹੈਗੀ ਆ ਘੋਸ਼ਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰ ਦਿੱਤੀ ਜਾਵੇਗੀ। ਕੈਮਰਾਮੈਨ ਰੋਜ ਦੇ ਨਾਲ ਵਿਵੇਕਟਾ, ਦੈਨਿਕ ਸਵੇਰਾ ਟੀਵੀ, ਲੁਧਿਆਣਾ।